ਦੇ ਲੋਕਾਂ ਨੂੰ ਲੁੱਟਣ ਦਾ ਇੱਕ ਹੋਰ ਹੀਲਾ ਵਰਤਿਆ। ਔਰ ਉਹ ਧੋਖਾ ਜਿਹੜਾ ਪਹਿਲਾਂ ਨੌਜਵਾਨਾਂ ਨੂੰ ਦਿੱਤਾ, ਕਦੇ ਸਮਾਰਟ ਫੋਨ ਦੇਣ ਤੋਂ ਮੁਕਰ ਕੇ, ਕਦੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਮੁਕਰ ਗਏ, ਕਦੇ ਕਿਸਾਨਾਂ ਦੇ ਕਰਜ਼ੇ 'ਤੇ ਲਕੀਰ ਮਾਰਨ ਦਾ ਵਾਅਦਾ ਕਰਕੇ ਮੁਕਰ ਗਏ, ਅੱਜ 5 ਰੁਪਏ ਪਰ ਯੂਨਿਟ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ 12 ਰੁਪਏ ਪਰ ਯੂਨਿਟ ਬਿਜਲੀ ਦੇ ਰਹੀ ਆ। ਇਹਦੇ ਨਾਲ ਇੰਡਸਟਰੀ 'ਚ ਵੀ ਭੱਜ ਰਿਹਾ, ਆਮ ਜਿਹੜਾ ਜੀਵਨ ਆ ਉਹ ਵੀ ਠੱਪ ਹੋ ਰਿਹਾ, ਔਰ ਖਾਸ ਤੌਰ 'ਤੇ ਗਰੀਬ ਲੋਕਾਂ ਨੂੰ ਤਾਂ ਬਿੱਲ ਭਰਨੇ ਮੁਸ਼ਕਿਲ ਹੋਏ ਖੜ੍ਹੇ ਨੇ, ਘਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ, ਸਰਦੀ ਦੇ ਵਿੱਚ ਬੱਚੇ ਹਾਹਾਕਾਰ ਕਰ ਰਹੇ ਨੇ। ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਆਰਥਿਕ ਬੋਝ ਪੰਜਾਬ ਦੇ ਲੋਕਾਂ 'ਤੇ ਪੰਜਾਬ ਸਰਕਾਰ ਨਵੇਂ ਸਾਲ ਵਿੱਚ ਪਾਉਣ ਜਾ ਰਹੀ ਆ, ਔਰ ਜਿਹੜਾ ਬਹੁਤ ਹੀ ਦੁਖਦਾਈ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਸਰਕਾਰ ਦੇ ਜ਼ੁਲਮ, ਜ਼ਬਰ, ਅੱਤਿਆਚਾਰ, ਤਸ਼ੱਦਦ ਦੇ, ਪੁਲੀਸ ਤਸ਼ੱਦਦ ਅਤੇ ਝੂਠੇ ਕੇਸਾਂ ਦੇ ਵਿਰੋਧ ਦੇ ਵਿੱਚ ਜਨਤਕ ਲੋਕ ਲਹਿਰ ਖੜੀ ਕੀਤੀ ਆ, ਜਨਤਕ ਵਿਦਰੋਹ ਸ਼ੁਰੂ ਕੀਤਾ, ਸੜਕਾਂ 'ਤੇ ਉਤਰਨ ਲਈ ਮਜਬੂਰ ਹੋਇਆ ਅਕਾਲੀ ਦਲ। ਉੱਥੇ ਇਹ ਜਿਹੜੀ ਆਰਥਿਕ ਲੁੱਟ ਆ, ਆਰਥਿਕ ਤਸ਼ੱਦਦ ਆ ਜਿਹੜਾ, ਇਹਦਾ ਵਿਰੋਧ ਕਰਨ ਲਈ ਵੀ ਅਕਾਲੀ ਦਲ ਝੰਡਾ ਚੁੱਕੇਗਾ, ਔਰ ਅਕਾਲੀ ਦਲ ਇਸ ਕਿਸਮ ਦਾ ਨਿਆਂ ਅਤੇ ਬੋਝ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ ਨਹੀਂ ਪੈਣ ਦਏਗਾ। ਇਹ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੜਕਾਂ 'ਤੇ ਬਿਜਲੀ ਦੇ ਬਿੱਲ ਜਿਹੜੇ ਵਧੇ ਨੇ ਉਹਨਾਂ ਨੂੰ ਵਾਪਸ ਲੈਣ ਲਈ ਇੱਕ ਲਹਿਰ ਖੜੀ ਕਰੇਗਾ। ਕੁਦਰਤੀ ਤੌਰ 'ਤੇ ਜਦੋਂ ਲੋਕ ਲਹਿਰ ਖੜੀ ਕਰਨੀ ਆ, ਪ੍ਰਦਰਸ਼ਨ ਵੀ ਹੋਣਗੇ, ਧਰਨੇ ਵੀ ਹੋਣਗੇ, ਮੁਜ਼ਾਹਰੇ ਹੋਣਗੇ, ਔਰ ਸਰਕਾਰ ਨੂੰ ਇਸ ਕਿਸਮ ਦੀ ਅਲਨੀ ਲੁੱਟ ਜਿਹੜੀ ਆ ਉਹ ਬੰਦ ਕਰਨ ਲਈ ਮਜਬੂਰ ਹੋਣਾ ਪਏਗਾ, ਕਿਉਂਕਿ ਅੱਜ ਹੋ ਕੀ ਰਿਹਾ ਹੈ, ਪੰਜਾਬ ਦੇ ਖਜ਼ਾਨੇ 'ਚ ਦੋ ਨਹੀਂ ਜਾਣ ਨਹੀਂ ਦਿੰਦੇ। ਜਿਹੜੇ ਸ਼ਰਾਬ ਦੇ ਬਲੈਕੀਏ ਨੇ ਉਹ ਸ਼ਰਾਬ ਬਲੈਕ ਵੇਚੀ ਜਾਂਦੇ ਨੇ, ਅਸਲੀ ਠੇਕੇਦਾਰ ਕਿਸ਼ਤਾਂ ਹੀ ਨਹੀਂ ਭਰ ਰਹੇ, ਖਜ਼ਾਨੇ 'ਚ ਪੈਸਾ ਕਿੱਥੇ ਜਾਏਗਾ। ਨਜਾਇਜ਼ ਮਾਈਨਿੰਗ ਕਰਨ ਵਾਲੇ ਨਜਾਇਜ਼ ਮਾਈਨਿੰਗ ਕਰੀ ਜਾ ਰਹੇ ਨੇ, ਧੰਦਾ ਕਰੀ ਜਾ ਰਹੇ ਨੇ, ਅਤੇ ਅਸਲੀ ਠੇਕੇਦਾਰ ਕਿਸ਼ਤਾਂ ਨਹੀਂ ਭਰ ਰਹੇ, ਅਤੇ ਪੈਸਾ ਖਜ਼ਾਨੇ 'ਚ ਕਿੱਥੇ ਆਉਣਾ ਸੀ। ਅਤੇ ਜੇ ਪੈਸਾ ਜਾਏਗਾ ਨਹੀਂ ਖਜ਼ਾਨੇ 'ਚ, ਖਜ਼ਾਨਾ ਖਾਲੀ ਹੋ ਰਹੇਗਾ। ਅਤੇ ਇਹ ਜਿਹੜੀ ਅੰਨੀ ਲੁੱਟ ਹੋ ਰਹੀ ਹੈ ਬਲੈਕ ਮੇਲਿੰਗ ਦੇ ਵਿੱਚ, ਨਜਾਇਜ਼ ਮਾਈਨਿੰਗ ਦੇ ਵਿੱਚ, ਨਸ਼ਿਆਂ ਦੀ ਵਫਤਾਰ ਦੇ ਵਿੱਚ, ਇਹਦੇ ਕਰਕੇ ਪੰਜਾਬ ਦਾ ਜਿਹੜਾ ਖਜ਼ਾਨਾ ਖਾਲੀ ਪਿਆ। ਫਿਰ ਜਿਹੜੀ ਮਿਸ ਯੂਟੀਲਾਈਜੇਸ਼ਨ ਉਹ ਫੰਡਸ ਬੜੀ ਹੋ ਰਹੀ ਆ, ਮਿਸ ਮੈਨੇਜਮੈਂਟ ਬਹੁਤ ਹੋ ਰਹੀ ਆ, ਰਿਕਵਰੀ ਹੋ ਹੀ ਨਹੀਂ ਰਹੀ ਰੈਵਨਿਊ ਦੀ। ਸੋ ਇਹਨਾਂ ਕਾਰਨਾਂ ਕਰਕੇ ਅੱਜ ਪੰਜਾਬ ਜਿਹੜਾ ਆਰਥਿਕ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਿਹਾ, ਅਤੇ ਲੋਕਾਂ 'ਤੇ ਉਸ ਜਿਹੜੀ ਮੰਦਹਾਲੀ ਆ ਉਹਦਾ ਬੋਝ ਲੋਕਾਂ ਦੀਆਂ ਜੇਬਾਂ 'ਤੇ ਸਿੱਧਾ ਪਾਉਣ ਲਈ ਇਸ ਕਿਸਮ ਦੇ ਬਿਜਲੀ ਦੇ ਬਿੱਲ ਵਧਾ ਕੇ ਜਾਂ ਹੋਰ ਟੈਕਸ ਲਾ ਕੇ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਜਨਤਕ ਤੌਰ 'ਤੇ ਵਿਰੋਧ ਕਰੇਗਾ। ਅੱਜ ਪੰਜਾਬ ਸਰਕਾਰ ਦੀ ਬੜੀ ਕਿਰਕਿਰੀ ਹੋਈ ਹੈ, ਮੈਂ ਸਮਝਦਾ ਬੇਸ਼ਰਮੀ ਨਾਲ ਇੱਕ ਸਰਕਾਰ ਦਾ ਬੁਲਾਰਾ ਕਹਿ ਰਿਹਾ ਕਿ ਮਾਣਯੋਗ ਰਾਜਪਾਲ ਨੇ ਫਾਇਲ ਨਿਵਾਸ ਭੇਜੀ, ਉਹਦਾ ਕੁਛ ਸਵਾਲ ਪੁੱਛੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਕਿਸੇ ਫਾਇਲ 'ਤੇ ਕੁਆਰੀ ਪਈ ਜਾਂਦੀ ਆ ਤਾਂ ਫਾਇਲ ਵਾਪਸ ਕਰਨੀ ਹੁੰਦੀ ਆ, ਕੁਆਰੀ ਪਾਉਣਾ ਹੀ ਮਤਲਬ ਫਾਇਲ ਵਾਪਸ ਭੇਜਣਾ ਹੁੰਦਾ। ਅਤੇ ਪੰਜਾਬ ਸਰਕਾਰ ਤੋਂ ਜਿਹੜੇ ਸਲਾਹਕਾਰ ਲਾਉਣ 'ਤੇ 13 ਸਵਾਲ ਮਾਣਯੋਗ ਗਵਰਨਰ ਪੰਜਾਬ ਨੇ ਪੁੱਛੇ ਨੇ, ਉਹ ਬੜੇ ਮਹੱਤਵਪੂਰਨ ਨੇ। ਪਹਿਲਾਂ ਉਹਨਾਂ ਨੇ ਪੁੱਛਿਆ ਵੀ ਇਹਦਾ ਕਾਰਨ ਤਾਂ ਦੱਸੋ ਵੀ ਇਹਦੀ ਲੋੜ ਕਿਉਂ ਪਈ, ਇਹਨਾਂ ਦੇ ਕੰਮ ਕੀ ਹੋਣਗੇ, ਇਹਨਾਂ ਦਾ ਸਟੇਟਸ ਕੀ ਹੋਏਗਾ, ਇਹਨਾਂ ਦੀ ਕਾਨੂੰਨੀ ਰੁਤਬਾ ਕੀ ਹੋਏਗਾ, ਇਹਨਾਂ ਨੇ ਕਿਹੜੇ ਮਸਲਿਆਂ 'ਚ ਸਲਾਹ ਦੇਣੀ ਆ। ਮਤਲਬ 13 ਸਵਾਲ ਪੁੱਛ ਕੇ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਤਾ, ਅਤੇ ਸ਼ਾਇਦ ਸਰਕਾਰ ਨੂੰ ਜਵਾਬ ਇੱਕ ਬਣਾ ਰਿਹਾ ਹੋਵੇ, ਅਤੇ ਹੁਣ ਗੋਲ ਮੋਲ ਗੱਲਾਂ ਕਰਕੇ ਸਰਕਾਰ ਆਪਣੀ ਹੋਈ ਕਿਰਕਿਰੀ ਨੂੰ ਬਚਾਉਣਾ ਚਾਹੁੰਦੀ ਹੈ। ਭਗਵੰਤ ਮਾਨ ਕੀ ਅਗਰ ਬਾਤ ਕਰੀਏ ਤਾਂ ਭਗਵੰਤ ਮਾਨ ਕੇ ਜੋ
ਦੇਖੋ ਭਗਵੰਤ ਮਾਨ ਹੋਰਾਂ ਨੇ ਤਾਂ ਰਾਸ਼ਟਰੀ ਸ਼ਿਸ਼ਟਾਚਾਰ ਦੀ ਵੀ ਜੜ੍ਹ ਵੱਢਤੀ, ਪੋਲੀਟੀਕਲ ਸਿਸਟਮ 'ਤੇ ਵੀ ਸਵਾਲੀਆ ਚਿੰਨ੍ਹ ਖੜ੍ਹੇ ਕਰਤੇ, ਔਰ ਇੱਕ ਕਿਸਮ ਦੀ ਤੋਹੀਨ ਆ ਇੱਕ ਬਹੁਤ ਵੱਡੇ ਰੁਤਬੇ ਦੀ, ਬਹੁਤ ਵੱਡੇ ਅਹੁਦੇ ਦੀ। ਸੰਸਦ ਹੋਵੇ, ਪਹਿਲਾਂ ਤਾਂ ਜਨਤਕ ਤੌਰ 'ਤੇ ਜਨਤਕ ਸਟੇਜਾਂ 'ਤੇ ਸ਼ਰਾਬ ਪੀ ਕੇ ਆਉਣਾ ਭਗਵੰਤ ਮਾਨ ਜੀ ਦਾ ਆਮ ਤੌਰ 'ਤੇ ਗਿਣਿਆ ਜਾਂਦਾ ਸੀ, ਲੋਕ ਬੁਰਾ ਮਨਾਉਂਦੇ ਸੀ, ਨਾ ਆਡੀਅੰਸ 'ਚ ਬੈਠੇ ਵੀ ਅਤੇ ਸਟੇਜ 'ਤੇ ਬੈਠੇ ਵੀ, ਕਈ ਵਾਰੀ ਲੇਡੀਜ਼ ਬੈਠੀਆਂ ਸੀ ਉਹਨਾਂ ਨੂੰ ਵੀ ਬੜਾ ਅਕਵਰਡ ਪੋਜੀਸ਼ਨ 'ਚ ਹੋਣਾ ਪੈਂਦਾ ਸੀ। ਅਤੇ ਫਿਰ ਸਟੇਜਾਂ ਤੋਂ ਬਾਅਦ ਉਹ ਪਾਰਲੀਮੈਂਟ ਤੱਕ ਚਲੇ ਗਏ, ਸ਼ਰਾਬੀ ਹੋ ਗਏ, ਫਿਰ ਪਾਰਲੀਮੈਂਟ ਦੇ ਵਿੱਚ ਸ਼ਰਾਬ ਪੀ ਕੇ ਜੋ ਤੁਹੀਨ ਪੰਜਾਬ ਦੀ ਕਰਾਈ, ਸੰਗਰੂਰ ਹਲਕੇ ਦੇ ਲੋਕਾਂ ਦੀ ਕਰਾਈ, ਉਹਦੇ ਨਾਲ ਵੀ ਕਿਰਕਰੀ ਹੋਈ, ਅਤੇ ਹੁਣ ਤਾਂ ਸਿੱਧਾ ਪੰਜਾਬ ਦੀ ਪ੍ਰੈਸ ਨੂੰ ਹੱਥ ਪਾ ਲਿਆ, ਹੁਣ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਮੀਡੀਆ ਵਾਲਿਆਂ ਨੂੰ ਸਿੱਧੇ ਤੌਰ 'ਤੇ ਹੱਥੋਂ ਪਾਈ ਹੋਣਾ, ਸਿੱਧੇ ਤੌਰ 'ਤੇ ਉਹਨਾਂ ਦੇ ਗਲ ਪੈਣਾ ਸ਼ਰਾਬੀ ਹੋ ਕੇ, ਮੈਂ ਸਮਝਦਾ ਹੁਣ ਤਾਂ ਇੰਤਹਾ ਹੀ ਆ। ਅਤੇ ਚਾਹੀਦਾ ਤਾਂ ਇਹ ਸੀ ਕਿ ਮੀਡੀਆ ਤੋਂ ਪ੍ਰੈਸ ਤੋਂ ਮਾਫ਼ੀ ਮੰਗਦੇ, ਬਲਕਿ ਉਹਨਾਂ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਹਰਪਾਲ ਚੀਮਾ ਜੀ, ਉਹ ਮੀਡੀਆ ਨੂੰ ਦੋਸ਼ੀ ਠਹਿਰਾਈ ਜਾਂਦੇ ਆ, ਉਹ ਕਹਿੰਦੇ ਮੀਡੀਆ ਵਾਲੇ ਸਾਸਾਂ ਰੱਜਦੇ ਨੇ, ਮਤਲਬ ਵੀ ਭਗਵੰਤ ਮਾਨ ਜੀ ਨੂੰ ਸ਼ਰਾਬ ਮੀਡੀਆ ਵਾਲੇ ਪਿਲਾ ਕੇ ਲਿਆਉਂਦੇ ਆ, ਘੱਟੋ ਘੱਟ ਆਪਣੇ ਨੇਤਾ ਨੂੰ ਸ਼ਰਾਬ ਪੀਣ ਤੋਂ ਤਾਂ ਰੋਕ ਸਕਦੇ ਨਾ। ਅਤੇ ਦੂਜੀ ਗੱਲ, ਅਸੀਂ ਆਸ ਕਰਦੇ ਸੀ ਘੱਟੋ ਘੱਟ ਪਾਰਟੀ ਤਾਂ ਮਾਫ਼ੀ ਮੰਗਦੀ ਇਸ ਗਲਤੀ ਦੀ ਜੋ ਭਗਵੰਤ ਮਾਨ ਜੀ ਨੇ ਕੀਤੀ ਆ, ਤਾਂ ਉਹਨਾਂ ਦੀ ਪਾਰਟੀ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਸੀ, ਬਲਕਿ ਪਾਰਟੀ ਵੀ ਇਸ ਗਲਤ ਕਾਰਵਾਈ ਦੇ ਨਾਲ ਹੀ ਖੜ੍ਹ ਗਈ। ਸੋ ਇਹ ਜਿਹੜਾ ਇਹਨਾਂ ਨੇ ਜਲੂਸ ਕੱਢਿਆ ਰਾਜਨੀਤਿਕ ਸਿਸਟਮ ਦਾ, ਮੈਂ ਸਮਝਦਾ ਇਹਦੇ 'ਤੇ ਇੱਕ ਦਿਨ ਪਛਤਾਉਣਾ ਪੈ ਗਿਆ ਆਪ ਪਾਰਟੀ ਨੂੰ।